ਪੰਜਾਬ ਵਿੱਚ ਆਉਂਦੇ ਦਿਨਾਂ 'ਚ ਮੌਸਮ 'ਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਅਤੇ ਬਰਫਾਨੀ ਕਰਕੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ 24 ਘੰਟਿਆਂ ਤੋਂ ਬਾਅਦ ਨਾ ਸਿਰਫ ਠੰਡ ਵਧੇਗੀ ਸਗੋਂ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਸ ਦੇ ਨਾਲ ਹੀ ਸਵੇਰੇ ਸਮੇਂ ਧੁੰਦ 'ਚ ਇਜ਼ਾਫਾ ਹੋਵੇਗਾ ਅਤੇ ਦਿਨ ਦਾ ਪਾਰਾ ਹੋਰ ਹੇਠਾਂ ਡਿੱਗੇਗਾ, ਜਿਸ ਨਾਲ ਠੰਡ 'ਚ ਇਜ਼ਾਫਾ ਹੋਵੇਗਾ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮੌਸਮ ਫਸਲਾਂ ਲਈ ਅਨੁਕੂਲ ਹੈ, ਫਸਲਾਂ 'ਤੇ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਜਿਹੜੀ ਸਾਨੂੰ IMD ਤੋਂ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਇੱਕ ਫਰੈਸ਼ ਵੈਸਟਰਨ ਡਿਸਟਰਬੈਂਸ ਜਿਹੜਾ ਕਿ ਲੋ ਪ੍ਰੈਸ਼ਰ ਏਰੀਆ ਹੁੰਦਾ ਹੈ ਪਾਕਿਸਤਾਨ ਅਫਗਾਨਿਸਤਾਨ ਏਰੀਆ ਤੋਂ, ਉਹ ਮੂਵ ਕਰ ਰਿਹਾ ਹੈਗਾ ਨੌਰਥ ਇੰਡੀਆ ਵੱਲ, ਅਤੇ ਇਹਦੇ ਨਾਲ ਜਿਹੜੀ ਜ਼ਿਆਦਾ ਬਾਰਿਸ਼ ਜਾਂ ਬਰਫ਼ਬਾਰੀ ਦੀ ਫੋਰਕਾਸਟ ਹੈ ਉਹ ਤਾਂ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ 'ਚ ਹੀ ਹੈ। ਬਟ ਅੱਜ ਤੋਂ 24 ਘੰਟੇ ਬਾਅਦ ਥੋੜ੍ਹੀ ਬੱਦਲਵਾਈ, ਅਤੇ ਜਿਹੜੇ ਪੰਜਾਬ ਦੇ ਨਰਦਰਨ ਡਿਸਟ੍ਰਿਕਟਸ ਨੇ ਜਿਨ੍ਹਾਂ ਨੂੰ ਆਪਾਂ ਨੀਮ ਪਹਾੜੀ ਇਲਾਕੇ ਕਹਿੰਦੇ ਹਾਂ, ਉਹਦੇ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਜਲੰਧਰ ਵਗੈਰਾ ਦੇ ਏਰੀਆਜ਼ ਆ ਜਾਂਦੇ ਆ ਰੋਪੜ ਦੇ, ਉੱਥੇ ਕਿਤੇ ਕਿਤੇ ਹਲਕੀ ਬਾਰਿਸ਼ ਦੀ ਫੋਰਕਾਸਟ ਹੈ। ਬਾਕੀ ਪੰਜਾਬ ਪ੍ਰਦੇਸ਼ ਦੇ ਵਿੱਚ ਕਿਉਂਕਿ ਇਸ ਵੇਲੇ ਜਿਹੜਾ ਸਿਸਟਮ ਆ ਰਿਹਾ ਇਹ ਥੋੜ੍ਹਾ ਅਰੇਬੀਅਨ ਸੀ ਤੋਂ ਵੀ ਮੋਇਸਚਰ ਲੈ ਰਿਹਾ ਹੈ, ਅਤੇ ਮੋਇਸਚਰ ਜ਼ਿਆਦਾ ਹੋਣ ਕਰਕੇ ਪੰਜਾਬ ਦੇ ਵਿੱਚ ਫੋਗੀ ਵੈਦਰ ਦੀ ਧੁੰਦ ਦੀ ਫੋਰਕਾਸਟ ਹੈ। ਜੀ, ਜਦੋਂ ਥੋੜ੍ਹਾ ਪਹਾੜਾਂ ਦੇ ਵਿੱਚ ਬਰਫ਼ ਪਏਗੀ ਤਾਂ ਉਹਦੇ ਬਾਅਦ ਸ਼ੀਤ ਲਹਿਰ ਚੱਲਦੀ ਹੈ, ਅਤੇ ਇਹਦੇ ਨਾਲ ਹੁਣ ਵੈਸੇ ਵੀ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਅਤੇ ਠੰਡ ਜਿਹੜੀ ਹੈਗੀ ਹੈ ਉਹ ਥੋੜ੍ਹੀ ਵਧਣ ਦੀ ਫੋਰਕਾਸਟ ਹੈਗੀ ਹੈ। ਧੁੰਦਾਂ ਵੀ ਪੈਣਗੀਆਂ ਅਤੇ ਠੰਡ ਵੀ ਜ਼ਿਆਦਾ ਵਧੇਗੀ। ਪਿਛਲੇ ਦਿਨੋਂ ਜਿਹੜਾ ਮੌਸਮ ਰਿਹਾ ਉਹਦੇ ਨਾਲ ਬੱਦਲਵਾਈ ਕਰਕੇ ਦਿਨ ਵੇਲੇ ਸੂਰਜ ਨਹੀਂ ਸੀ ਨਿਕਲਦਾ ਅਤੇ ਰਾਤ ਨੂੰ ਥੋੜ੍ਹੀ ਤਪਿਸ਼ ਰਹਿਣ ਕਰਕੇ ਟੈਂਪਰੇਚਰ ਰਾਤ ਦੇ ਥੋੜ੍ਹੇ ਵੱਧ ਗਿਆ ਸੀ, ਪਰ ਹੁਣ ਇਹਦੇ ਨਾਲ ਫਾਲ ਇਨ ਟੈਂਪਰੇਚਰ ਹੋਏਗਾ ਜਿਹੜਾ ਸਾਰਾ ਸਿਸਟਮ ਆਇਆ ਹੈ। ਕੁਛ ਬਾਰਿਸ਼ ਜੇ ਨਾਰਦਰਨ ਪਾਰਟਸ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹੋ ਜਾਂਦੀ ਹੈ ਉਹਦੇ ਨਾਲ ਵੀ ਥੋੜ੍ਹਾ ਵੈਦਰ ਕਲੀਅਰ ਹੋ ਜਾਂਦਾ ਹੈ, ਧੁੰਦ ਵੱਧਦੀ ਹੈਗੀ ਹੈ ਅਤੇ ਟੈਂਪਰੇਚਰ ਵੀ ਥੋੜ੍ਹੇ ਡਿਕਰੀਜ਼ ਹੁੰਦੇ ਹੈ। ਵੈਸੇ ਤਾਂ ਅਸੀਂ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਨਾਲ ਦੇ ਨਾਲ ਐਡਵਾਈਜ਼ਰੀ ਦਿੰਦੇ ਰਹਿੰਦੇ ਹਾਂ, ਪਰ ਜਿਹੜਾ ਇਹ ਮੌਸਮ ਹੈਗਾ ਹੈ ਇਹ ਸਾਡੀ ਫਸਲ ਲਈ ਕੋਈ ਇਹਦਾ ਜਿਹਨੂੰ ਕਹੀਦਾ ਅਨਫੇਵਰੇਬਲ ਇਫੈਕਟ ਨਹੀਂ ਹੈ। ਠੰਡ ਦਾ ਵਧਣਾ ਇਹਨਾਂ ਦਿਨਾਂ ਦੀਆਂ ਜਿਹੜੀਆਂ ਸਰਦ ਰੁੱਤ ਦੀਆਂ ਫਸਲਾਂ ਨੇ ਉਹਦੇ 'ਚ ਸਾਡੀ ਕਣਕ ਆ ਜਾਂਦੀ ਹੈ, ਸਰੋਂ ਹੈ, ਹੋਰ ਜਿੰਨੀਆਂ ਵੀ ਸਬਜ਼ੀਆਂ ਦੀਆਂ ਫਸਲਾਂ ਨੇ ਉਹਦੇ ਲਈ ਅਨੁਕੂਲ ਹੈਗਾ ਹੈ। ਅਤੇ ਇਸ ਵੇਲੇ ਜੇ ਥੋੜ੍ਹੀ ਬਾਰਿਸ਼ ਹੋ ਜਾਂਦੀ ਹੈ ਤਾਂ ਉਹ ਸਾਡੀਆਂ ਫਸਲਾਂ ਦੀ ਇਰੀਗੇਸ਼ਨ ਰਿਕੁਆਇਰਮੈਂਟ ਜਿਹੜੀ ਉਹ ਪੂਰੀ ਕਰ ਦਿੰਦੀ ਹੈ। ਵੈਸੇ ਵੀ ਹੈਵੀ ਰੇਨਫਾਲ ਦੀ ਫੋਰਕਾਸਟ ਨਹੀਂ ਹੈ, ਲਾਈਟ ਰੇਨਫਾਲ ਦੀ ਹੈ, ਸੋ ਜਿਹੜੀ ਹਲਕੀ ਬਾਰਿਸ਼ ਹੁੰਦੀ ਹੈ ਉਹ ਫਸਲ ਵਾਸਤੇ ਇਸ ਸਟੇਜ ਦੇ ਉੱਤੇ ਲਾਹੇਵੰਦ ਹੁੰਦੀ ਹੈ।